ਬੇਟਾ ਟਿਊਸ਼ਨ ਪੜ੍ਹਨ ਜਾ ਰਿਹਾ ਸੀ ਆਲਮਾ ਪਿੰਡ 'ਚ, ਤੋਂ ਬੱਚੇ ਪਤੰਗ ਚੜ੍ਹਾ ਰਹੇ, ਇੱਥੇ ਆ ਮੂੰਹ 'ਚ ਫਸ ਗਈ ਡੋਰ, ਚਾਈਨਾ ਡੋਰ ਉਹਨੇ ਇੱਥੇ ਤੱਕ ਜਿਹੜਾ ਨਾ ਪੂਰਾ ਕੱਟ ਲਾ ਤਾ ਅੰਦਰ ਤੱਕ, ਤੋਂ ਇੱਕ ਬੰਨੇ 'ਤੇ ਸਰਕਾਰ ਨੇ ਸਖ਼ਤ ਇਹ 'ਤੇ ਪਾਬੰਦੀ ਲਾਈ ਉਹ ਆ, ਹੈ ਨਾ, ਤੋ ਸਰਕਾਰ ਦਾ ਆਪਣਾ ਕੰਮ ਆ, ਸਾਡਾ ਆਪਣਾ ਕੰਮ ਆ, ਮਾਂ ਪਿਓ ਦਾ ਵੀ ਇਹ ਫਰਜ਼ ਬਣਦਾ ਸਭ ਤੋਂ ਵੱਧ ਉਹਨਾਂ ਦੀ ਜ਼ਿੰਮੇਵਾਰੀ, ਜੇ ਬੱਚੇ ਲੈ ਕੇ ਆਉਂਦੇ ਡੋਰ 'ਤੇ ਘਰੇ ਲੈ ਕੇ ਆਉਂਦੇ, ਇਕੱਲਾ ਆਪਾਂ ਪ੍ਰਸ਼ਾਸਨ 'ਤੇ ਦੋਸ਼ ਨਾ ਦਈਏ, ਜੇਕਰ ਇਹਨੂੰ ਮਾਮਲੇ ਨੂੰ ਹਾਈਲਾਈਟ ਕਰਨ ਦੇ ਬਾਵਜੂਦ ਥਾਂ ਥਾਂ ਜਿੱਦਾਂ ਵੱਡ ਟੱਕ ਹੋਣ ਡਈ ਆ, ਪ੍ਰਸ਼ਾਸਨ ਅਮਲ ਨਹੀਂ ਕਰਦਾ ਫਿਰ ਤਾਂ ਇਹਨਾਂ ਦਾ ਵੀ ਘਰਾਓ ਕਰਾਂਗੇ, ਠੀਕ, ਵਰਨਾ ਪਹਿਲਾਂ ਰਲ ਕੇ ਸਾਰੇ ਸਹਿਯੋਗ 'ਤੇ ਦਈਏ। ਇਹਦੇ ਤੋਂ ਪਹਿਲਾਂ ਕਿੰਨੇ ਦੀਵੇ ਬੁੱਝ ਚੁੱਕੇ ਆ ਚਾਈਨਾ ਦੀ ਡੋਰ ਦੀ ਵਜ੍ਹਾ ਕਰਕੇ, ਆਪਾਂ ਨਹੀਂ ਕੋਈ ਬੋਲੇ, ਨਾ ਮਾਂ ਪਿਓ ਬੋਲਿਆ, ਨਾ ਸਰਕਾਰ ਵੱਲੋਂ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ, ਤੋ ਸਰਕਾਰ ਵੀ ਜਿੱਦਾਂ ਪੁਰਾਣੀ ਕਹਾਵਤ ਆ, ਮਾਂ ਵੀ ਤਦੇ ਦੁੱਧ ਦਿੰਦੀ ਜਦੋਂ ਬੱਚਾ ਚੀਕਾਂ ਮਾਰਦਾ, ਹੁਣ ਇਹ ਕਈ ਘਰਾਂ 'ਚ ਵੈਣ ਪੈ ਚੁੱਕੇ ਆ ਡੋਰ ਦੀ ਵਜ੍ਹਾ ਕਰਕੇ, ਅਸੀਂ ਇਹ ਮਾਮਲੇ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ, ਮਾਪੇ ਵੀ ਆਪਣੀ ਜ਼ਿੰਮੇਵਾਰੀ ਸਮਝੇ, ਪ੍ਰਸ਼ਾਸਨ ਵੀ ਆਪਦੀ ਜ਼ਿੰਮੇਵਾਰੀ ਸਮਝੇ, ਜਿਹੜਾ ਵੀ ਕਤਾਈ ਕਰੂ ਆਪਾਂ ਉਹਦੇ ਖਿਲਾਫ਼ ਹਾਂ, ਠੀਕ ਹੈ, ਇਹ 'ਤੇ ਰੋਕ ਲੱਗਣੀ ਚਾਹੀਦੀ ਹੈ। ਸੋ ਤੁਹਾਨੂੰ ਕੀ ਲੱਗਦਾ ਕਿ ਭੈਣੀ ਮੀਆਂ ਖਾਂ ਅੱਡੇ ਦੇ ਵਿੱਚ ਵਿਕ ਰਹੀ ਹੈ ਚਾਈਨਾ ਡੋਰ? ਉਹ ਜੀ ਮੈਨੂੰ ਆਸ ਵਾ ਥੋੜ੍ਹੇ ਮਿੰਟਾਂ 'ਚ ਹੀ ਇਹ ਕੇਸ ਜਿਹੜਾ ਟਰੇਸ ਹੋ ਜਾਣਾ, ਠੀਕ ਹੈ, ਜਿਹੜਾ ਦੁਕਾਨਦਾਰ ਵੇਚਦਾ ਉਹਦਾ ਪਤਾ ਲੱਗ ਜਾਣਾ, ਸਾਰੇ ਭਾਲ ਕਰ ਰਿਹਾ, ਪਿੰਡ ਦੇ ਪੰਚਾਇਤ ਆਲਮਾ ਪਿੰਡ ਦੀ ਪੰਚਾਇਤ ਸਾਰਾ ਪਿੰਡ ਇਕੱਠਾ ਕੀਤਾ ਉਹਨਾਂ, ਠੀਕ ਹੈ ਜੀ, ਸਾਰੇ ਪੁੱਛ ਪੜਤਾਲ ਕਰਕੇ ਵੀ ਬੱਚਾ ਕਿਹੜਾ ਬੱਚਾ ਪਤੰਗ ਚੜਾਉਂਦਾ ਸੀ, ਉਹਨੇ ਡੋਰ ਕਿੱਥੋਂ ਲਈ, ਤੋ 10 ਮਿੰਟ ਤੱਕ ਹੀ ਮਾਮਲਾ ਟੇਸ ਹੋ ਜਾਣਾ, ਉਹਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਕਰੇਗਾ। ਸਾਡੇ ਥਾਣੇ ਦੇ 'ਚ ਇੱਕ ਨੋਟਿਸ ਆਇਆ ਸੀ ਵੀ ਨਵਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਨਵੀਆਂ ਬਾਗੜੀਆਂ, ਜਿਹੜਾ ਕਿ ਮੋਟਰਸਾਈਕਲ 'ਤੇ ਜਾ ਰਿਹਾ ਸੀ ਪਿੰਡ ਆਲਮਾ ਦੇ ਨੇੜੇ, ਉਹਦੇ ਮੂੰਹ ਦੇ ਵਿੱਚ ਜਿਹੜੀ ਸੀ ਚਾਈਨਾ ਡੋਰ ਫਿਰਨ ਕਾਰਨ ਉਹਦੇ ਮਤਲਬ ਜ਼ਖਮੀ ਹੋ ਗਿਆ ਸੀਗਾ। ਇਹਦੇ ਸੰਬੰਧ ਵਿੱਚ ਅਸੀਂ ਤੁਰੰਤ ਕਾਰਵਾਈ ਕਰਕੇ ਪਿੰਡ ਆਲਮਾ ਪੁੱਜ ਕੇ ਤਸਦੀਕ ਕੀਤਾ ਸੀ ਵੀ ਇਹ ਕੌਣ ਪਤੰਗ ਚੜਾ ਰਿਹਾ ਸੀਗਾ। ਜਦੋਂ ਆਪਾਂ ਨੂੰ ਪਤਾ ਲੱਗਾ ਤਾਂ ਇੱਕ ਲੜਕਾ ਛੋਟਾ ਪਤੰਗ ਚਲਾ ਰਿਹਾ ਸੀ, ਜਿਹਨੂੰ ਅਸੀਂ ਉਹਨੂੰ ਪੁੱਛ ਪੜਤਾਲ ਕੀਤੀ, ਜਿਹਨੇ ਦੱਸਿਆ ਵੀ ਮੈਂ ਇਹ ਡੋਰ ਜਿਹੜੀ ਆ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭੈਣੀ ਮੀਆਂ ਖਾਂ ਨੂੰ ਖਰੀਦ ਕੇ ਲਿਆਂਦੀ ਆ। ਜਦੋਂ ਅਸੀਂ ਦੁਬਾਰਾ ਉਹਦੀ ਦੁਕਾਨ 'ਤੇ ਰੇਡ ਕੀਤਾ ਅਤੇ ਉਹਨੂੰ ਸਖਤੀ ਨਾਲ ਪੁੱਛ ਕੀਤੀ ਅਤੇ ਉਹਦੇ ਘਰ ਦੇ ਅੰਦਰੋਂ 16 ਗੱਟੂ ਚਾਈਨਾ ਡੋਰ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਬਿਲਕੁਲ ਮਨਾਹੀ ਕੀਤੀ ਗਈ ਹੈ ਬਰਾਮਦ ਕੀਤੇ ਗਏ, ਜਿਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 3/1823 ਜੁਰਮ 188 IPC ਥਾਣਾ ਭੈਣੀ ਮੀਆਂ ਖਾਂ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਸੀ। ਸਰ ਕੀ ਨਾਮ ਉਹਦਾ ਦੋਸ਼ੀ ਦੇ ਕਿਨੂੰ? ਦੋਸ਼ੀ ਦਾ ਨਾਮ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ। ਕਾਹਦੀ ਦੁਕਾਨ ਕਰਦਾ ਸੀ? ਉਹ ਮਨਿਆਰੀ ਦੀ ਦੁਕਾਨ ਕਰਦਾ ਅਤੇ ਮਨਿਆਰੀ ਦੀ ਦੁਕਾਨ ਦੇ ਆੜ ਦੇ ਵਿੱਚ ਜਿਹੜਾ ਸੀਗਾ ਇਹ ਚਾਈਨਾ ਡੋਰ ਵੇਚ ਰਿਹਾ ਸੀ, ਪਰ ਇਹ ਚਾਈਨਾ ਡੋਰ ਉਹਨੇ ਆਪਣੇ ਦੁਕਾਨ 'ਚ ਨਹੀਂ ਆਪਣੇ ਘਰ ਰੱਖੀ ਹੋਈ ਸੀ।